ਸੁਣਿਆ ਦੱਸੋ ਹਨੇ ਕੀ ਉਹਦੀ ਕੰਟਰੀਬਿਊਸ਼ਨ ਸੀਗੀ ਬਲਬ ਇਨਵੈਂਟ ਕੀਤਾ ਸੀਗਾ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਥੋਮਸ ਐਡੀਸਨ ਵਾਜ਼ ਅ ਡਿਸਲੈਕਸਿਕ ਚਾਈਲਡ ਡਿਸਲੈਕਸਿਕ ਚਾਈਲਡ ਦਾ ਮਤਲਬ ਹੁੰਦਾ ਜਿਹੜੇ ਬੰਦੇ ਨੂੰ ਜੰਬਲਡ ਵਰਡਸ ਆਮਿਰ ਖਾਨ ਦੀ ਪਿਕਚਰ ਦੇਖੀ ਹੋਈ ਤਾਰੇ ਜ਼ਮੀਨ ਤੇ ਉਹਦੇ ਚ ਉਹਨਾਂ ਨੇ ਡਿਸਲੈਕਸੀਆ ਨੂੰ ਐਕਸਪਲੇਨ ਕੀਤਾ ਹੋਇਆ ਕਿ ਤੁਸੀਂ ਪੜ ਲੈਂਦੇ ਹੋ ਪਰ ਤੁਹਾਡਾ ਦਿਮਾਗ ਉਹਨੂੰ ਕਰ ਨਹੀਂ ਪਾਉਂਦਾ ਕਿ ਇਸ ਗੱਲ ਦਾ ਮਤਲਬ ਕੀ ਹੈਗਾ ਤੁਹਾਨੂੰ ਨਹੀਂ ਸਮਝ ਲੱਗਦੀ ਉਹ ਜੰਬਲਿੰਗ ਆਫ ਦਾ ਵਰਡਸ ਹੋ ਜਾਂਦੀ ਹੈ ਤੁਹਾਨੂੰ ਵਰਡਸ ਦਾ ਕੋਈ ਮੀਨਿੰਗ ਪਤਾ ਨਹੀਂ ਲੱਗਦਾ ਤੇ ਥੋਮਸ ਐਡੀਸਨ ਵਾਜ ਅ ਡਿਸਲੈਕਸਿਕ ਚਾਈਲਡ ਠੀਕ ਹੈ ਤੇ ਸਕੂਲ ਚ ਉਹਦੀ ਮਾਂ ਨੇ ਪਾਇਆ ਉਦੋਂ ਕਿਹੜੇ ਡਾਇਗਨੋਸਿਸ ਹੁੰਦੇ ਸੀ ਇੰਨੇ ਪੁਰਾਣੇ ਜ਼ਮਾਨੇ ਚ ਨਾ ਕੋਈ ਇਸ ਤਰ੍ਹਾਂ ਦੇ ਹੁੰਦੇ ਸੀਗੇ ਤੇ ਚਲੋ ਨਾਰਮਲ ਸਕੂਲ ਚ ਪਾਇਆ ਨਾ ਉਹਦੀ ਮਾਂ ਨੂੰ ਪਤਾ ਸੀ ਇੰਨਾ ਪਤਾ ਲੱਗਦਾ ਸੀਗਾ ਕਿ ਮੇਰੇ ਬੱਚੇ ਦੀ ਥੋੜੀ ਜਿਹੀ ਕਪੈਸਿਟੀ ਘੱਟ ਹੈਗੀ ਹੈ ਠੀਕ ਹੈ ਮਾਵਾਂ ਨੂੰ ਆਪਣੇ ਬੱਚੇ ਹਮੇਸ਼ਾ ਹੀ ਪਿਆਰੇ ਲੱਗਦੇ ਆ ਤੇ ਸਕੂਲ ਚ ਪਾਇਆ ਉਹਨੂੰ ਤੇ ਥੋੜੀ ਦੇਰ ਬਾਅਦ ਬੱਚਾ ਇੱਕ ਦਿਨ ਘਰ ਆਉਂਦਾ ਥੋਮਸ ਐਡੀਸਨ ਤੇ ਆਪਣੀ ਮਾਂ ਨੂੰ ਇਹ ਚਿੱਠੀ ਦਿੰਦਾ ਵਾ ਉਹ ਕਹਿੰਦਾ ਮੰਮਾ ਹੈ ਨਾ ਟੀਚਰ ਨੇ ਚਿੱਠੀ ਦਿੱਤੀ ਹੈ ਇਹਦੇ ਚ ਕੀ ਲਿਖਿਆ ਉਹਨੇ ਕਿਹਾ ਸਿਰਫ ਜਾ ਕੇ ਆਪਣੀ ਮਾਂ ਨੂੰ ਹੀ ਦੇਣੀ ਹੈ ਨਾਲ ਇਹਦੀ ਗੱਲ ਕੀ ਕਿ ਚਿੱਠੀ ਆਪਣੀ ਮਾਂ ਨੂੰ ਹੀ ਦੇਣੀ ਹੈ ਤੇ ਉਹ ਪੜ੍ਹਦੀ ਹੈ ਤੇ ਉਹਨੂੰ ਕਹਿੰਦੀ ਹੈ ਕਿ ਤੇਰੇ ਟੀਚਰ ਨੇ ਲਿਖਿਆ ਕਿ ਯੂਅਰ ਚਾਈਲਡ ਇਜ਼ ਜੀਨੀਅਸ ਠੀਕ ਹੈ ਤੇ ਸਾਡੇ ਸਕੂਲ ਚ ਇਹੋ ਜਿਹੀ ਫੈਸਿਲਿਟੀ ਤੇ ਕੈਪੇਬਿਲਿਟੀ ਨਹੀਂ ਹੈਗੀ ਕਿ ਇਹਨੂੰ ਅਸੀਂ ਪੜ੍ਹਾ ਸਕੀਏ ਤੇ ਤੁਸੀਂ ਪਲੀਜ਼ ਇਹਨੂੰ ਘਰ ਪੜ੍ਹਾਇਆ ਕਰੋ ਠੀਕ ਹੈ ਉਸ ਦਿਨ ਤੋਂ ਉਹਦੀ ਮਾਂ ਉਹਨੂੰ ਘਰ ਪੜ੍ਹਾਉਣ ਲੱਗਦੀ ਹੈ ਠੀਕ ਹੈ ਐਂਡ ਇਟ ਇਜ਼ ਥੋਮਸ ਐਡੀਸਨ ਉਹਦੀ ਮਾਂ ਨੇ ਉਹਨੂੰ ਦਿਮਾਗ ਚ ਗੱਲ ਪਾਈ ਕਿ ਤੂੰ ਜੀਨੀਅਸ ਹੈ ਤੇ ਤੈਨੂੰ ਘਰ ਪੜ੍ਹਾਉਣਾ ਤੇ ਉਹਨੇ ਬਲਬ ਇਨਵੈਂਟ ਕੀਤਾ ਠੀਕ ਹੈ ਹਿਸ ਮਦਰ ਪਾਸਿਸ ਅਵੇ 30 ਇਅਰਸ ਆਫਟਰ ਸਟੱਡੀ ਆਪਣੇ ਸਾਫ਼ ਕਰ ਰਿਹਾ ਸੀ ਆਪਣੇ ਘਰ ਦੀ 30 ਸਾਲਾਂ ਬਾਅਦ ਤੇ ਸਟੱਡੀ ਚੋਂ ਚਿੱਠੀ ਸਕੂਲ ਦੀ ਲੈਟਰ ਮਿਲ ਗਈ ਤੇ ਸਕੂਲ ਦੀ ਲੈਟਰ ਮਿਲ ਗਈ ਤੇ ਖੋਲ ਕੇ ਕਿਉਰਿਓਸਿਟੀ ਹੁੰਦੀ ਮੇਰੇ ਟੀਚਰ ਨੇ ਲਿਖਿਆ ਸੀ ਆਈ ਐਮ ਅ ਜੀਨੀਅਸ ਐਂਡ ਵੀ ਆਰ ਨਾਟ ਕੈਪੇਬਲ ਆਫ ਟੀਚਿੰਗ ਹਿਮ ਤੇ ਪੜ੍ਹਾ ਤੇ ਜਦੋਂ ਪੜ੍ਹਦਾ ਤੇ ਉਹਦੀਆਂ ਅੱਖਾਂ ਚ ਆਂਸੂ ਆ ਜਾਂਦੇ ਨੇ ਠੀਕ ਹੈ ਉਹਦੀ ਟੀਚਰ ਨੇ ਲਿਖਿਆ ਹੋਇਆ ਸੀਗਾ ਯੂਅਰ ਚਾਈਲਡ ਇਜ਼ ਇੰਬਸਾਈਲ ਮੈਂਟਲੀ ਰਿਟਾਰਡਡ ਹੀ ਇਜ਼ ਨਾਟ ਕੈਪੇਬਲ ਆਫ ਸਟੱਡਿੰਗ ਪਲੀਜ਼ ਕੀਪ ਹਿਮ ਹੋਮ ਠੀਕ ਹੈ ਤੇ ਸਿਰਫ ਉਹਦੀ ਮਾਂ ਦੇ ਉਹਨਾਂ ਪੋਜ਼ਿਟਿਵ ਵਰਡਸ ਨੇ ਥੋਮਸ ਐਡੀਸਨ ਇੱਕ ਡਿਸਲੈਕਸਿਕ ਚਾਈਲਡ ਨੂੰ ਇੱਕ ਵਰਲਡ ਇਨਵੈਂਟਰ ਬਣਾ ਦਿੱਤਾ ਤੇ ਜੇ ਅਸੀਂ ਕੋਈ ਗਲਤ ਚੀਜ਼ ਤੁਹਾਨੂੰ ਲੱਗਦੀ ਹੈ ਗਲਤ ਵਰਡ ਹੈ ਤੇ ਪਲੀਜ਼ ਨਾ ਕੱਢਿਆ ਕਰੋ ਪੋਜ਼ਿਟਿਵ ਵਰਡਸ ਦਾ ਇੰਨਾ ਇੰਪੈਕਟ ਹੁੰਦਾ ਹੈ ਠੀਕ ਹੈ ਸੋ ਇਟ ਸ਼ੋਜ਼ ਐਂਡ ਦੈਨ ਹੀ ਸਟਾਰਟਸ ਕਰਾਇੰਗ ਕਿ ਦੇਖੋ ਮੇਰੀ ਮਾਂ ਨੇ ਉਹ ਚਿੱਠੀ ਦੀ ਹੀ ਪੜ੍ਹ ਕੇ ਉਹਦੀ ਸਾਰੀ ਸਟੇਟਮੈਂਟ ਹੀ ਬਦਲ ਦਿੱਤੀ ਜਿਹਨੇ ਕਿ ਉਹਦੀ ਲਾਈਫ ਬਦਲ ਦਿੱਤੀ ਫਿਰ ਇਹਦੇ ਨਾਲ ਹੀ ਇੱਕ ਹੋਰ ਚੀਜ਼ ਮੈਂ ਕਿਤੇ ਪੜ੍ਹੀ ਸੀ ਕਿ 3 ਫਿਲਟਰਸ ਹੁੰਦੇ ਆ ਉਹਦਾ ਫਾਇਦਾ ਕੀ ਹੋਇਆ ਕਹਿੰਦੇ ਕਿਸੇ ਨੂੰ ਗੱਲ ਤਦ ਦੱਸੋ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਹਰ ਗੱਲ ਸਿੱਧੀ ਕਿਸੇ ਨੂੰ ਤੁਹਾਨੂੰ ਪਤਾ ਲੱਗੀ ਹੈ ਤੇ ਤੁਸੀਂ ਯੂ ਫੀਲ ਟਰੂ ਪਹਿਲਾਂ ਉਹਦੇ 3 ਫਿਲਟਰਸ ਕਰੋ ਪਹਿਲਾਂ ਤੇ ਇਹ ਫਿਲਟਰ ਇਹ ਹੁੰਦਾ ਇਜ਼ ਇਟ ਟਰੂ ਇਹ ਗੱਲ ਸੱਚੀ ਆ ਦੂਜੀ ਗੱਲ ਇਹ ਗੱਲ ਉਸ ਬੰਦੇ ਲਈ ਇੰਪੋਰਟੈਂਟ ਹੈਗੀ ਆ ਠੀਕ ਹੈ ਤੀਸਰੀ ਗੱਲ ਇਸ ਗੱਲ ਨਾਲ ਉਸ ਬੰਦੇ ਨੂੰ ਫਾਇਦਾ ਹੋਏਗਾ ਕਿ ਨੁਕਸਾਨ ਹੋਏਗਾ ਠੀਕ ਹੈ ਜੇ ਇਹ 3 ਫਿਲਟਰ ਆਪਣੀ ਜ਼ਿੰਦਗੀ 'ਚ ਅਪਣਾ ਲਓਗੇ ਤੇ ਯੂ ਵਿਲ ਮੇਕ ਅ ਡਿਫਰੈਂਸ ਇਨ ਅਦਰ ਪਰਸਨਸ ਲਾਈਫ ਐਂਡ ਯੋਰ ਲਾਈਫ ਆਲਸੋ ਇਹ ਜਿਹੜੀ ਗੋਸਪਿੰਗ ਲਾਈਜ ਆਪਸ 'ਚ ਤੋਂ ਗੱਲ ਸੁਣ ਕੇ ਉੱਧਰ ਕਰਤੀ ਉੱਧਰ ਕਰਤੀ ਉੱਧਰ ਕਰਤੀ ਉੱਧਰ ਕਰ ਦਿੱਤੀ ਕਿਸੇ ਨੂੰ ਗੱਲ ਕਰਨ ਤੋਂ ਪਹਿਲਾਂ ਆਪਣੇ ਦਿਮਾਗ 'ਚ 3 ਫਿਲਟਰ ਪਹਿਲਾਂ ਸੋਚਿਆ ਕਰੋ ਵਾਕਈ ਸੋਚੋ ਵਾਕਈ ਇਹ ਗੱਲ ਸੱਚੀ ਹੈ ਜਿਹੜੀ ਮੈਂ ਸੁਣੀ ਹੈ ਠੀਕ ਹੈ ਜੇ ਤੁਹਾਡੇ ਕੋਲ ਕੋਈ ਪਰੂਫ ਨਹੀਂ ਹੈਗਾ ਸੱਚੀ ਉਹਨੂੰ ਛੱਡ ਦਿਓ ਉੱਥੇ ਹੀ ਅੱਗੇ ਪਾਸ ਨਾ ਕਰੋ ਜੇ ਤੁਹਾਨੂੰ 1% ਵੀ ਡਾਊਟ ਹੈ ਦੂਜੀ ਜੇ ਮੈਂ ਅਗਲੇ ਬੰਦੇ ਨੂੰ ਸੁਣਾਉਣਾ ਪਿਆ ਵਾਂ ਉਹਦੇ ਲਈ ਇਹ ਕੀ ਇਫੈਕਟ ਕਰੇਗੀ ਇਜ਼ ਇਟ ਇੰਪੋਰਟੈਂਟ ਇਹ ਗੱਲ ਦੱਸਣੀ ਉਹਦਾ ਮਨ ਖਰਾਬ ਕਰਨ ਲਈ ਦੱਸਣੀ ਜ਼ਰੂਰੀ ਹੈ ਕਿ ਜੇ ਉਹਦਾ ਮਨ ਖਰਾਬ ਹੁੰਦਾ ਤਾਂ ਮੈਂ ਨਾ ਹੀ ਦੱਸਾਂ ਆਪਣੇ ਕੋਲ ਹੀ ਰੱਖਾਂ ਠੀਕ ਹੈ ਇਹ 3 ਚੀਜ਼ਾਂ ਜਿਹੜੀਆਂ ਨੇ ਇਟ ਇਜ਼ ਵੈਰੀ ਇੰਪੋਰਟੈਂਟ ਕੋਈ ਗੱਲ ਕਿਤੇ ਪਾਸ ਕਰਦੇ ਹੋਏ 3 ਗੱਲਾਂ 'ਚੋਂ ਪਹਿਲਾਂ ਉਹਨੂੰ ਪਾਸ ਕਰ ਲਿਆ ਕਰੋ ਆਪਣੇ ਦਿਮਾਗ ਦੇ ਵਿੱਚ ਐਂਡ ਦੈਨ ਅੱਗੇ ਕਰਿਆ ਕਰੋ ਸਿਮੀਲਰਲੀ ਸੈਕਿੰਡ ਟਰੂ ਲਾਈਫ ਸਟੋਰੀ ਡਾਕਟਰ ਮੋਰਿਸਨ ਹੈਗਾ USA ਦੇ ਹੀ ਇਜ਼ ਅ ਹਾਰਟ ਸਰਜਨ ਕਾਰਡੀਓਲੋਜਿਸਟ ਵੈਰੀ ਬਿਗ ਕਾਰਡੀਓਲੋਜਿਸਟ ਔਫਨ ਸੀਗਾ ਬੰਦਾ ਉਹ ਸੜਕਾਂ ਤੇ ਘੁੰਮਦਾ ਸੀਗਾ ਨਿੱਕਾ ਜਿਹਾ ਬੱਚਾ ਨਾ ਕੋਈ ਮਾਂ ਨਾ ਕੋਈ ਬਾਪ
ਠੀਕ ਹੈ, ਚੋਰੀ ਕਰਕੇ ਰੋਟੀ ਖਾਂਦਾ ਸੀਗਾ। ਕੋਈ ਬੱਚੇ ਨੂੰ ਕੀ ਪਤਾ ਹੁੰਦਾ ਚੋਰੀ ਕੀ ਹੈ, ਨਹੀਂ ਮਿਲਦਾ ਪੈਸਾ ਨੀ, ਕੋਈ ਅੱਗੇ ਨੀ ਕੋਈ ਪਿੱਛੇ ਨੀ, ਚੋਰੀ ਕਰਕੇ ਰੋਟੀ ਖਾਂਦਾ ਸੀਗਾ। ਕਦੀ ਕਿਤੋਂ ਖਾ ਲਈ, ਕਦੀ ਕਿਤੋਂ ਖਾ ਲਈ, ਕਦੋਂ ਕਿਤੋਂ ਫੜ ਲਿਆ, ਕਦੀ ਕਿਤੋਂ ਫੜ ਲਿਆ। ਠੀਕ ਹੈ, ਇੱਕ ਦਿਨ ਇੰਜੀ ਵਿਚਾਰਾ ਸਾਰਾ ਦਿਨ ਭਟਕਦਾ ਰਿਹਾ, ਕਿਤੋਂ ਕੁਛ ਖਾਣ ਪੀਣ ਨੂੰ ਨਹੀਂ ਮਿਲਿਆ ਉਹਨੂੰ। ਹੀ ਵਾਜ਼ 5 ਈਅਰਸ ਓਲਡ ਐਟ ਦੈਟ ਟਾਈਮ। ਠੀਕ ਹੈ, ਦੁਨੀਆ ਬੱਚਾ ਵੈਸੇ ਉਹਨੂੰ ਤਰੀਕਾ ਹੀ ਇਹੀ ਲੱਗਦਾ ਕਿ ਸ਼ਾਇਦ ਚੋਰੀ ਕਰਕੇ ਹੀ ਖਾਧੀ ਜਾ ਸਕਦੀ ਹੈ। ਹਿਊਮੈਨਿਟੀ 'ਤੇ ਤਾਂ ਕੋਈ ਵਿਸ਼ਵਾਸ ਨਹੀਂ ਹੁੰਦਾ, ਅਤੇ ਸੋਚਦਾ ਚਲੋ ਅੱਜ ਕੋਸ਼ਿਸ਼ ਕਰਦਾ ਵਾਂ ਕਿਸੇ ਦਾ ਘਰ ਖੜਕਾਉਣਾ, ਸ਼ਾਇਦ ਮੈਨੂੰ ਕੁਛ ਮਿਲ ਜਾਏ। ਅੱਜ ਕਿਤੋਂ ਚੋਰੀ ਦਾ ਵੀ ਕੋਈ ਹਿਸਾਬ ਨਹੀਂ ਬਣਿਆ, ਅਤੇ ਘਰ ਦਾ ਕਿਸੇ ਦਾ ਦਰਵਾਜ਼ਾ ਖੜਕਾਉਂਦਾ ਵੈ। ਵੈਰੀ ਬਿਊਟੀਫੁਲ ਫੀਮੇਲ ਇਨ ਹਰ ਯੰਗ ਏਜ, 22-23 ਸਾਲਾਂ ਦੀ ਇੱਕ ਬਹੁਤ ਸੋਹਣੀ ਕੁੜੀ, ਛੋਟਾ ਜਿਹਾ ਬੱਚਾ ਹੀ ਹੁੰਦਾ, ਬਾਹਰ ਨਿਕਲਦੀ ਹੈ, ਦਰਵਾਜ਼ਾ ਖੋਲਦੀ ਹੈ, ਕਹਿੰਦੀ ਵਟ ਕੈਨ ਆਈ ਡੂ। ਉਹ ਕੁੜੀ ਨੂੰ ਦੇਖ ਕੇ ਹੀ, ਭਾਵੇਂ ਜੋ ਬੱਚਾ ਹੀ ਸੀ, ਨਾ ਉਹਨੇ ਕੋਈ ਮਾਂ ਦੇਖੀ, ਨਾ ਕੋਈ ਪਿਓ ਦੇਖੇ, ਤੇ ਹੀ ਇਜ਼ ਡੈਜ਼ਲਡ ਬਾਏ ਦਾ ਬਿਊਟੀ ਆਫ ਦੈਟ ਗਰਲ। ਭੁੱਲ ਗਿਆ ਕਿ ਉਹਨੂੰ ਭੁੱਖ ਲੱਗੀ ਹੈ, ਨਿੱਕਾ ਜਿਹਾ ਬੱਚਾ ਵੀ, ਕਹਿੰਦੇ ਮੈਂ ਪਿਆਸ ਲੱਗੀ ਹੈ, ਪਾਣੀ ਪਿਲਾ ਦਿਓ ਮੈਨੂੰ। ਠੀਕ ਹੈ, ਅਤੇ ਉਹ ਕੁੜੀ ਦੇਖਦੀ ਹੈ ਕਿ ਬੱਚਾ ਵਿਚਾਰਾ ਬੜਾ ਥੱਕਿਆ ਜਿਹਾ, ਅਤੇ ਉਹ ਪਾਣੀ ਦੀ ਜਗ੍ਹਾ ਦੁੱਧ ਦਾ ਗਲਾਸ ਇੱਕ ਲੈ ਆਉਂਦੀ ਹੈ। ਠੀਕ ਹੈ, ਉਹਨੂੰ ਤਾਂ ਧਿਆਨ ਹੀ ਨਹੀਂ ਹੁੰਦਾ ਕਿ ਮੈਂ ਰੋਟੀ ਮੰਗਣੀ ਸੀਗੀ, ਜਾਂ ਘਬਰਾ ਜਾਂਦਾ ਉਹਨੂੰ ਕੁੜੀ ਨੂੰ ਦੇਖ ਕੇ, ਅਤੇ ਉਹ ਦੁੱਧ ਪੀਂਦਾ, ਅਤੇ ਉਹਦੀ ਜੇਬ ਦੇ ਵਿੱਚ 10 ਸੈਂਟ ਦਾ ਇੱਕ ਕੋਇਨ ਹੁੰਦਾ ਵੈ। ਠੀਕ ਹੈ, ਅਤੇ ਉਹਨੂੰ ਕਹਿੰਦਾ ਕਿ ਦਿਸ ਇਜ਼ ਦੀ ਓਨਲੀ ਥਿੰਗ ਆਈ ਹੈਵ ਐਂਡ ਦਿਸ ਆਈ ਵਾਂਟ ਟੂ ਪੇ ਫੋਰ ਦਿਸ ਗਲਾਸ ਆਫ ਮਿਲਕ। ਦੈਟ ਲੇਡੀ, ਦੈਟ ਗਰਲ ਟੈਲਸ ਹਿਮ ਕਿ ਮੇਰੀ ਮਾਂ ਨੇ ਮੈਨੂੰ ਇਹ ਸਿਖਾਇਆ ਕਿ ਕੋਈ ਵੀ ਐਕਟ ਆਫ ਕਾਇੰਡਨੈਸ ਜਿਹੜਾ ਕਰੀਦਾ, ਉਹਦੀ ਕੋਈ ਪੇਮੈਂਟ ਨਹੀਂ ਲਈਦੀ। ਠੀਕ ਹੈ, ਇੰਨੀ ਕੁ ਗੱਲ ਨੇ ਉਸ ਬੱਚੇ ਦੇ ਦਿਮਾਗ ਦੇ ਉੱਤੇ ਇੰਨਾ ਅਸਰ ਕੀਤਾ ਕਿ ਉਹਦਾ ਹਿਊਮੈਨਿਟੀ ਦੇ ਵਿੱਚ ਵਿਸ਼ਵਾਸ ਆ ਗਿਆ ਕਿ ਜੇ ਦੁਨੀਆ ਇੱਕ ਮਾੜੀ ਵੀ ਹੈਗੀ ਹੈ, ਤੇ ਇਹਦੇ ਵਿੱਚ ਚੰਗੇ ਲੋਕ ਵੀ ਹੈਗੇ ਜਿਹੜੇ ਚੰਗੇ ਕੰਮ ਵੀ ਕਰਦੇ ਆ। ਠੀਕ ਹੈ, ਐਂਡ ਦਿਸ ਪੁੱਟ ਹਿਮ ਬੈਕ ਇਨ ਟੂ ਲਾਈਫ, ਕਿਸੇ ਤਰ੍ਹਾਂ ਜੁਗਾੜ ਕਰਕੇ, ਜਿਸ ਤਰ੍ਹਾਂ ਵੀ ਜੋ ਵੀ ਉਹਦਾ ਹਿਸਾਬ ਬਣਿਆ, ਬਹੁਤ ਜ਼ਿਆਦਾ ਸਟੋਰੀ ਨਹੀਂ ਮੈਨੂੰ ਪਤਾ। ਹੀ ਬਿਕੇਮ ਅ ਡਾਕਟਰ, ਦੈਨ ਅ ਕਾਰਡੀਓਲੋਜਿਸਟ ਆਫਟਰ 50 ਈਅਰਸ। ਠੀਕ ਹੈ, ਇੱਕ ਪੇਸ਼ੈਂਟ ਉਹਦੇ ਕੋਲ ਐਡਮਿਟ ਹੁੰਦਾ ਫੋਰ ਦਾ ਸਰਜਰੀ। ਜਿਹੜੇ ਵੱਡੇ ਵੱਡੇ ਸਰਜਨ ਹੁੰਦੇ, ਉਹਨਾਂ ਨੂੰ ਸਿਰਫ ਲਿਸਟਾਂ ਮਿਲਦੀਆਂ, ਉਹ ਕੋਈ ਪ੍ਰੀ ਓਪ ਚੈੱਕਅਪ ਜਾਂ ਕੁਛ ਨਹੀਂ ਕਰਦੇ, ਪੇਸ਼ੈਂਟ ਦੀ ਸ਼ਕਲ ਨਹੀਂ ਦੇਖਦੇ, ਉਹਨਾਂ ਨੇ ਸਿਰਫ ਥੀਏਟਰ 'ਚ ਜਾ ਕੇ ਸਰਜਰੀ ਕਰਨੀ। ਉਹਨਾਂ ਨੂੰ ਰਿਕਾਰਡ ਮਿਲਿਆ ਹੁੰਦਾ, ਨਾ ਉਹ ਪੇਸ਼ੈਂਟ ਨਾਲ ਉਹਨਾਂ ਦਾ ਕੋਈ ਜੂਨੀਅਰ ਡਾਕਟਰ ਦਾ ਸਾਰਾ ਕੰਮ ਹੁੰਦਾ, ਜਿਹੜੇ ਅਸਿਸਟੈਂਟ ਡਾਕਟਰਸ ਹੁੰਦੇ ਜਾਂ ਦੂਸਰੇ ਡਾਕਟਰ ਹੁੰਦੇ ਆ। ਅਤੇ ਜਦੋਂ ਉਹ ਫਾਈਲ ਪੜ੍ਹ ਰਿਹਾ ਸੀਗਾ, ਅਤੇ ਉਸ ਸ਼ਹਿਰ ਦਾ ਨਾਮ ਪੜ੍ਹਿਆ, ਅਤੇ ਉਹਦੇ ਦਿਮਾਗ ਦੇ ਵਿੱਚ ਆਇਆ ਕਿ ਇਸ ਸ਼ਹਿਰ ਦੇ ਵਿੱਚ ਮੈਨੂੰ ਕਿਸੇ ਨੇ ਦੁੱਧ ਦਾ ਗਲਾਸ ਪਿਲਾਇਆ ਸੀਗਾ। ਐਂਡ ਆਊਟ ਆਫ ਦੈਟ ਕਿਉਰਿਓਸਿਟੀ, ਠੀਕ ਹੈ, ਉਹ ਜਿਵੇਂ ਇਨਸਾਨ ਦੇ ਅੰਦਰ ਉਹ ਦੱਬੀਆਂ ਚੀਜ਼ਾਂ ਇੱਕ ਪਾਈ ਹੁੰਦੀ, ਨਿਸ਼ਾਨੀ ਪਾਈ ਹੁੰਦੀ ਹੈ, ਲੱਗਿਆ ਕਿ ਉਹਨੂੰ ਕਿ ਇਸ ਸ਼ਹਿਰੋਂ ਕੋਈ ਚੀਜ਼ ਆਈ ਹੈ, ਕੋਈ ਇਨਸਾਨ ਆਇਆ, ਅਤੇ ਆਈ ਵਾਂਟ ਟੂ ਸੀ ਦੈਟ ਪਰਸਨ। ਐਂਡ ਵੈਨ ਹੀ ਗੋਜ਼ ਦੇਅਰ, ਇਟ ਇਜ਼ ਦੀ ਸੇਮ ਲੇਡੀ ਸਿਟਿੰਗ ਦੇਅਰ ਫੋਰ ਦੈਟ ਸਰਜਰੀ। ਠੀਕ ਹੈ, ਦੈਨ ਹੀ ਟੈਲਸ ਹਿਮ ਕਿ ਇੰਨੇ ਸਾਲ ਪਹਿਲਾਂ ਮੈਂ ਤੇਰੇ ਕੋਲ ਆਇਆ ਸੀਗਾ, ਐਂਡ ਦੈਨ ਸ਼ੀ ਫੀਲਸ ਵੈਰੀ ਹੈਪੀ, ਐਂਡ ਫੋਰ ਦੈਟ ਐਕਟ ਉਹਦੀ ਸਰਜਰੀ ਉਹ ਫਰੀ ਆਫ ਚਾਰਜ ਕਰਦਾ। ਚਲੋ ਦੈਟ ਇਜ਼ ਨੋਟ ਇੰਪੋਰਟੈਂਟ ਕਿ ਕਰਦਾ, ਕਿ ਉਸ ਵੇਲੇ ਉਸ ਲੇਡੀ ਕੋਲ ਚਲੋ ਜਿੰਨੇ ਵੀ ਪੈਸੇ ਸੀ ਜਾਂ ਨਹੀਂ ਸੀਗੇ ਪੈਸੇ, ਦਾ ਕੰਕਲੂਜਨ ਇਜ਼ ਵਟ ਯੂ ਸੋ ਯੂ ਵਿਲ ਰੀਪ। ਜਿਹੜੇ ਐਕਟ ਆਫ ਕਾਇੰਡਨੈਸ ਹੈ ਉਹ ਕਦੀ ਵੇਸਟ ਨਹੀਂ ਜਾਂਦੇ, ਉਹ ਤੁਹਾਡੇ ਕੋਲ ਵਾਪਸ ਆਉਣਗੇ। ਕਦੋਂ ਆਉਣਗੇ, ਕਿਸ ਤਰ੍ਹਾਂ ਆਉਣਗੇ, ਪਰਮਾਤਮਾ ਜਾਣਦਾ, ਬਟ ਇਟ ਵਿਲ ਕਮ ਬੈਕ ਟੂ ਯੂ। ਸੋ ਆਪਣੀ ਜ਼ਿੰਦਗੀ ਦੇ ਵਿੱਚ ਚੰਗੇ ਕਰਮਾਂ ਦੇ ਬੀਜ ਬੋਈ ਜਾਣੇ, ਠੀਕ ਹੈ, ਚੰਗੇ ਲਫ਼ਜ਼ ਬੋਲਣੇ, ਚੰਗੇ ਕਰਮ ਕਰਨੇ ਹੈ, ਸੋ ਯੂਨੀਵਰਸ ਵਿਲ ਸੈਂਡ ਯੂ ਬੈਕ ਐਵਰੀਥਿੰਗ ਯੂ ਵਿਲ ਗਿਵ ਇਟ। ਇੱਕ ਨਸੀਹਤਾਂ ਵਾਲੀ ਗੱਲ ਹੈ, ਅਤੇ ਨਸੀਹਤਾਂ ਵਾਲੀ ਸਟੋਰੀ ਸੁਣਾ ਦੇਣੀ, ਮੈਂ ਡਾਕਟਰ ਸਾਹਿਬ ਨੂੰ ਵੀ ਸੁਣਾਈ ਸੀ, ਸ਼ਾਰਟਕੱਟ ਕਰਕੇ ਸੁਣਾ ਦੇਣੀ ਹੈ। ਇੱਕ ਇਨਸਾਨ, ਇੱਕ ਹਸਬੈਂਡ ਵਾਈਫ ਹੁੰਦੇ ਆ, ਰਹਿੰਦੇ ਹੁੰਦੇ ਆ ਪਹਾੜ 'ਤੇ, ਰਹਿੰਦੇ ਹੁੰਦੇ ਆ, ਬੜਾ ਕੋਈ ਸੋਰਸ ਆਫ ਇਨਕਮ ਕੋਈ ਖਾਸ ਨਹੀਂ ਹੁੰਦਾ, ਅਤੇ ਹਸਬੈਂਡ ਕਹਿੰਦਾ ਕਿ ਇੱਥੇ ਤਾਂ ਗੁਜ਼ਾਰਾ ਨਹੀਂ ਹੁੰਦਾ, ਮੈਂ ਜਾ ਕੇ ਸ਼ਹਿਰ ਜਾ ਕੇ ਕਮਾਈ ਕਰਦਾ ਵਾਂ ਅਤੇ ਕੁਛ ਲਿਆਵਾਂਗਾ, ਬਟ ਯੂ ਪ੍ਰੋਮਿਸ ਮੀ ਕਿ ਯੂ ਰਿਮੇਨ ਲੋਇਲ ਟੂ ਮੀ, ਅਤੇ ਮੈਂ ਵੀ ਕੋਸ਼ਿਸ਼ ਕਰਾਂਗਾ ਕਿ ਮੈਂ ਤੇਰੇ ਨਾਲ ਵਫਾ ਕਰਾਂ, ਤੂੰ ਵੀ ਕਰੀ ਕੋਸ਼ਿਸ਼ ਕੀ, ਜੇ ਪੂਰਾ ਪ੍ਰੋਮਿਸ ਕਰਕੇ ਤੂੰ ਵੀ ਵਫਾ ਕਰੇਂਗੀ ਤਾਂ ਮੈਂ ਵੀ ਵਫਾ ਕਰਾਂਗਾ। ਐਂਡ ਹੀ ਗੋਜ਼ ਟੂ ਸਿਟੀ, ਹੀ ਵਰਕਸ ਦੇਅਰ, ਐਂਡ ਹੀ ਟੈਲਸ ਹਿਜ਼ ਬੋਸ
ਕਿ ਜਦੋਂ ਉਹਨੂੰ ਤਨਖਾਹ ਮਿਲਣ ਲੱਗਦੀ ਹੈ ਤੇ ਉਹ ਕਹਿੰਦਾ ਵੀ ਤੁਸੀਂ ਰੱਖ ਲਓ, ਜਿੱਦਣ ਮੈਂ ਘਰ ਜਾਵਾਂਗਾ ਉਦਣ ਮੈਂ ਤੁਹਾਡੇ ਕੋਲੋਂ ਲੈ ਲਾਂਗਾ, ਠੀਕ ਹੈ। ਐਂਡ 20 ਈਅਰਸ ਹੀ ਵਰਕਸ ਦੇਅਰ, 20 ਈਅਰਸ ਹੀ ਵਰਕਸ ਦੇਅਰ, ਸਾਰੀ ਉਹਦੀ ਜਵਾਨੀ ਉੱਥੇ ਖਤਮ ਹੋ ਜਾਂਦੀ ਹੈ। ਤੇ ਜਦੋਂ ਜਾਣ ਲੱਗਦਾ ਤੇ ਉਹਨੂੰ ਬੌਸ ਨੂੰ ਕਹਿੰਦਾ ਕਿ ਹੁਣ ਮੈਨੂੰ ਤਨਖਾਹ ਦੇ ਦਿਓ, ਮੈਂ ਜਾਣਾ। ਤੇ ਬੌਸ ਉਹਨੂੰ ਸਵਾਲ ਕਹਿੰਦਾ ਕਿ ਵੀ ਜਾਂ ਮੇਰੇ ਕੋਲ ਅ ਪੀਸ ਆਫ ਐਡਵਾਈਸ ਹੈ, ਕੁਛ ਨਸੀਹਤ ਆਈਆਂ, ਜਾਂ ਤੂੰ ਉਹ ਲੈ ਲੈ ਤੇ ਜਾਂ ਇਹ ਕਮਾਈ ਲੈ ਲੈ ਜੀਵਨ ਭਰ ਦੀ ਆਪਣੀ, ਫੈਸਲਾ ਤੇਰਾ, ਜਾਂ ਕਮਾਈ ਲਏਗਾ ਜਾਂ ਨਸੀਹਤ ਲਏਗਾ, ਦੋਨੋਂ ਚੀਜ਼ਾਂ ਨਹੀਂ ਮਿਲਣਗੀਆਂ ਤੈਨੂੰ। ਐਂਡ ਯੂ ਡਿਸਾਈਡ ਇਟ। ਜਿਸ ਬੰਦੇ ਨੇ ਸਾਰੀ ਉਮਰ ਪੈਸਿਆਂ ਲਈ ਕੰਮ ਕੀਤਾ ਹੋਵੇ, ਵਟ ਵਿਲ ਹੀ ਥਿੰਕ, ਕੀ ਲਏਗਾ? ਪੈਸਾ ਲਏਗਾ ਨਾ, ਠੀਕ ਹੈ। ਦੋ ਦਿਨ ਉਹ ਸੋਚਦਾ ਰਹਿੰਦਾ, ਤੀਸਰੇ ਦਿਨ ਉਹ ਡਿਸਾਈਡ ਕਰਦਾ ਕਿ ਨਹੀਂ, ਮੈਂ ਤੇ ਨਸੀਹਤ ਆਈ ਲੈ ਕੇ ਜਾਣੀ ਆ, ਕੋਈ ਗੱਲ ਨਹੀਂ, ਦੇਖੀ ਜਾਏਗੀ ਜੋ ਹੋਏਗਾ। ਤੇ ਉਹਨੂੰ ਕਹਿੰਦਾ ਕਿ ਤਿੰਨ ਗੱਲਾਂ ਦਾ ਧਿਆਨ ਰੱਖਣਾ ਜ਼ਿੰਦਗੀ 'ਚ, ਕਦੀ ਸ਼ਾਰਟਕੱਟ ਨਹੀਂ ਅਪਣਾਉਣਾ, ਠੀਕ ਹੈ। ਦੂਸਰਾ, ਬਹੁਤਾ ਓਵਰ ਕਿਊਰੀਅਸ ਨਹੀਂ ਹੋਣਾ, ਕੀ ਹੋ ਰਿਹਾ, ਕਿਉਂ ਹੋ ਰਿਹਾ, ਕਿੱਥੇ ਹੋ ਰਿਹਾ, ਕਿਹਦੇ ਨਾਲ ਕੀ ਹੈ, ਬਹੁਤ ਕਿਊਰੋਸਿਟੀ ਨਹੀਂ ਮਾਇੰਡ ਵਿੱਚ ਰੱਖਣੀ, ਆਪਣੇ ਨਾਲ ਬਹੁਤਾ ਕੁਨੈਕਸ਼ਨ ਰੱਖਣਾ ਜ਼ਿੰਦਗੀ ਦੇ ਵਿੱਚ, ਦੂਜਿਆਂ ਦੇ ਮਾਮਲਿਆਂ 'ਚ ਨਹੀਂ ਪੈਣਾ, ਠੀਕ ਹੈ। ਅਤੇ ਤੀਸਰੀ ਗੱਲ, ਕੋਈ ਗੁੱਸੇ 'ਚ, ਬਹੁਤ ਗੁੱਸੇ 'ਚ ਜਾਂ ਬਹੁਤ ਖੁਸ਼ੀ 'ਚ ਕੋਈ ਫੈਸਲਾ ਨਹੀਂ ਕਰਨਾ, ਠੀਕ ਹੈ। ਐਂਡ ਦੈਨ ਹੀ ਡਜ਼ਨਟ ਗਿਵ ਹਿਮ ਮਨੀ, ਹੀ ਗਿਵਸ ਹਿਮ 3 ਲੋਫਸ ਆਫ ਬ੍ਰੈਡ, ਹੀ ਸੇਜ਼ ਕਿ ਇਹ ਦੋ ਰਸਤੇ ਵਾਸਤੇ, ਇੱਕ ਘਰ ਖਾ ਲਿਓ ਜਾ ਕੇ। ਪੈਸੇ ਉਹਦੇ ਕੋਲ ਹੁੰਦੇ ਨਹੀਂ, ਗੱਡੀ ਬੱਸ ਕੋਈ ਕਰ ਨਹੀਂ ਸਕਦਾ, ਤੁਰਨ ਲੱਗਦਾ ਅਤੇ ਰਸਤਾ ਵੀ ਨਹੀਂ ਪਤਾ ਹੁੰਦਾ। ਕਿਸੇ ਰਾਹੀਗੀਰ ਨੂੰ ਪੁੱਛਦਾ ਅਤੇ ਉਹ ਕਹਿੰਦਾ ਵੀ ਇੱਥੋਂ ਜਾਏਗਾ ਅਤੇ 21 ਦਿਨ ਲੱਗਣਗੇ, ਅਤੇ ਇੱਥੋਂ ਜਾਏਗਾ ਅਤੇ 5 ਦਿਨ ਲੱਗਣਗੇ। ਤਾਂ ਐਵਰੀ ਵਾਈਜ ਮੈਨ ਵਿਲ ਸੇ ਦੈਟ ਆਈ ਵਿਲ ਗੋ ਦਿਸ ਵੇ, ਬਟ ਉਹਨੂੰ ਯਾਦ ਆ ਜਾਂਦੀ ਗੱਲ ਕਿ ਮੇਰੇ ਬੌਸ ਨੇ ਕਿਹਾ ਸੀ ਕਿ ਸ਼ਾਰਟਕੱਟ ਨਹੀਂ ਅਪਣਾਉਣਾ, ਤਾਂ ਹੀ ਗੋਜ਼ ਟੂ ਦਾ ਲੌਂਗ ਵੇ। ਐਂਡ ਜਾਂਦਾ, ਰਾਤ ਪੈ ਜਾਂਦੀ ਹੈ ਅਤੇ ਫਾਰਮਰ ਕਿਸੇ ਵਿਲੇਜਰ ਦੇ ਘਰ 'ਚ ਕਹਿੰਦਾ ਮੈਨੂੰ ਰਹਿਣ ਦਿਓ ਇੱਥੇ ਰਾਤੀ। ਉਹ ਕਹਿੰਦਾ ਕੋਈ ਨਹੀਂ, ਰਹਿ ਜਾ। ਉਹ ਕਹਿੰਦਾ ਮੈਂ ਇਸ ਰਸਤਿਓਂ ਆਇਆ, ਇਸ ਰਸਤਿਓਂ ਨਹੀਂ ਆਇਆ, ਉਹ 5 ਦਿਨਾਂ ਦਾ ਰਸਤਾ ਸੀ। ਕਹਿੰਦੇ ਬਹੁਤ ਚੰਗਾ ਕੀਤਾ, ਉੱਥੇ ਜੰਗਲ ਪੈਂਦੇ, ਰਾਤੀ ਜੰਗਲੀ ਜਾਨਵਰ ਹੁੰਦੇ ਆ, ਉੱਧਰੋਂ ਜਾਂਦਾ ਤਾਂ ਤੂੰ ਬਚਣਾ ਹੀ ਨਹੀਂ ਸੀਗਾ। ਮੈਨ ਹੀ ਇਜ਼ ਥੈਂਕਫੁਲ ਟੂ ਗੋਡ ਕਿ ਮੈਨੂੰ ਉਹਨੇ ਕਿਹਾ ਸੀ ਕਿ ਸ਼ਾਰਟਕੱਟ ਨਹੀਂ ਲੈਣਾ। ਨਹੀਂ ਰਿਮੈਂ, ਉਹ ਕਹਿੰਦਾ ਮੇਰੇ ਕੋਲ ਤਾਂ ਕੋਈ ਬਹੁਤੀ ਜਗ੍ਹਾ ਨਹੀਂ ਹੈਗੀ, ਬਾਹਰ ਸ਼ੈਕ ਹੈਗਾ, ਸ਼ੈਕ ਹੁੰਦਾ ਜਿੱਥੇ ਉਹ ਸਾਰੀ ਤੂੜੀ ਤਾੜੀ ਰੱਖਦੇ ਆ, ਉੱਥੇ ਆਰਾਮ ਨਾਲ ਸੌ ਜਾ ਤੂੰ, ਹੋਰ ਤਾਂ ਜਗ੍ਹਾ ਕੋਈ ਨਹੀਂ ਹੈਗੀ। ਅੱਧੀ ਰਾਤੀ ਉਹਨੂੰ ਆਵਾਜ਼ਾਂ ਆਉਂਦੀਆਂ, ਆਵਾਜ਼ਾਂ ਆਉਂਦੀਆਂ ਅਤੇ ਦਰਵਾਜ਼ਾ ਖੋਲ੍ਹਣ ਲੱਗਦਾ ਕਿ ਦੇਖਾਂ ਬਾਹਰ ਕੀ ਹੈ। ਫਿਰ ਉਹਨੂੰ ਯਾਦ ਆ ਜਾਂਦਾ ਕਿ ਮੈਂ ਬਹੁਤ ਕਿਊਰੀਅਸ ਨਹੀਂ ਹੋਣਾ ਕਿਸੇ ਗੱਲ ਦੀ, ਨਹੀਂ ਖੋਲ੍ਹਦਾ। ਫਿਰ ਉਹ ਫਾਰਮਰ ਆਉਂਦਾ, ਉਹਨੂੰ ਦੇਖਦਾ ਬੜਾ ਖੁਸ਼ ਹੁੰਦਾ, ਕਹਿੰਦਾ ਮੈਨੂੰ ਤਾਂ ਤੈਨੂੰ ਕਹਿਣਾ ਯਾਦ ਭੁੱਲ ਗਿਆ ਕਿ ਰਾਤੀ ਇੱਥੇ ਸ਼ੇਰ ਆਉਂਦਾ ਹੁੰਦਾ ਕਦੀ ਕਦੀ, ਅਤੇ ਬੰਦੇ ਪਾੜ ਕੇ ਖਾ ਜਾਂਦਾ ਹੁੰਦਾ, ਅਤੇ ਮੈਂ ਤੈਨੂੰ ਕਹਿਣਾ ਸੀ ਦਰਵਾਜ਼ਾ ਨਾ ਖੋਲ੍ਹੀ। ਤਾਂ ਆਮ ਵੈਰੀ ਹੈਪੀ ਕਿ ਤੂੰ ਬਚ ਗਿਆ, ਤੂੰ ਦਰਵਾਜ਼ਾ ਨਹੀਂ ਖੋਲ੍ਹਿਆ। ਦੈਨ ਹੀ ਇਜ਼ ਥੈਂਕਫੁਲ ਕਿ ਮੇਰੇ ਬੌਸ ਨੇ ਮੈਨੂੰ ਕਹਿ ਕੇ ਭੇਜਿਆ ਸੀਗਾ ਕਿ ਕਿਊਰੀਅਸ ਨਹੀਂ ਹੋਣਾ ਬਹੁਤ ਜ਼ਿਆਦਾ। ਤਾਂ ਪਹੁੰਚਦਾ ਆਪਣੇ ਘਰ, ਪਹੁੰਚਦਾ ਸ਼ਾਮ ਪੈ ਗਈ ਹੁੰਦੀ ਹੈ, ਬੱਤੀ ਜਗਦੀ ਹੁੰਦੀ ਹੈ, ਅਤੇ ਦੇਖਦਾ ਕਿ ਵਾਈਫ ਕਿਸੇ ਯੰਗ ਜਿਹੇ ਬੰਦੇ ਨਾਲ ਉਹਨੂੰ ਹੱਗ ਕਰ ਰਹੀ ਹੁੰਦੀ ਹੈ, ਕਿਸ ਕਰ ਰਹੀ ਹੁੰਦੀ ਹੈ। ਬੜਾ ਗੁੱਸਾ ਚੜ੍ਹਦਾ ਉਹਨੂੰ ਕਿ ਵੀ ਮੈਂ ਇਹਨੂੰ ਕਿਹਾ ਸੀ ਲੋਇਲ ਨਹੀਂ, ਐਂਡ ਸ਼ੀ ਇਜ਼ ਨੋਟ ਲੋਇਲ ਟੂ ਮੀ। ਐਂਡ ਵਾਪਸ ਜਾਣ ਲੱਗਦਾ, ਫਿਰ ਧਿਆਨ ਆ ਜਾਂਦਾ ਕਿ ਕੋਈ ਗੁੱਸੇ 'ਚ ਫੈਸਲਾ ਨਹੀਂ ਕਰਨਾ, ਬਾਹਰ ਹੀ ਉੱਥੇ ਸੌ ਜਾਂਦਾ। ਅਤੇ ਸਵੇਰੇ ਉੱਠ ਕੇ ਵਾਈਫ ਜਦੋਂ ਦਰਵਾਜ਼ਾ ਖੋਲ੍ਹਦੀ, ਦੇਖਦੀ ਹੈ ਕਿ ਉਹਦਾ ਹਸਬੈਂਡ ਉੱਥੇ ਹੈਗਾ, ਉਹਨੂੰ ਜਾ ਕੇ ਉਠਾਉਂਦੀ ਹੈ, ਰੋ ਜੱਫੀ ਪਾਉਂਦੀ ਹੈ ਅਤੇ ਉਹਨੂੰ ਧੱਕਾ ਮਾਰਦਾ, ਕਹਿੰਦਾ ਵੀ ਤੂੰ ਮੇਰੇ ਨਾਲ ਚੰਗਾ ਨਹੀਂ ਕੀਤਾ, ਮੈਂ ਤੇਰੇ ਕੋਲ ਵਾਅਦਾ ਲਿੱਤਾ ਸੀ, ਬਟ ਯੂ ਆਰ ਨੋਟ ਟਰੂ ਟੂ ਯੂਅਰ ਪ੍ਰੋਮਿਸ। ਦੈਨ ਸ਼ੀ ਇਜ਼ ਐਕਸਪਲੇਨ ਕਿ ਜਿਹਨੂੰ ਤੂੰ ਕੱਲ੍ਹ ਦੇਖਿਆ ਸੀ ਉਹ ਤੇਰਾ ਹੀ ਪੁੱਤਰ ਸੀਗਾ, ਵੈਨ ਯੂ ਲੈਫਟ ਮੀ ਦੈਨ ਆਈ ਵਾਸ ਐਕਸਪੈਕਟਿੰਗ ਦੈਟ ਟਾਈਮ, ਹੀ ਇਜ਼ ਯੂਅਰ ਸਨ, ਉਹਦਾ ਕੱਲ੍ਹ ਜਨਮ ਦਿਨ ਸੀਗਾ, ਕੱਲ੍ਹ ਉਹ 20 ਸਾਲ ਦਾ ਹੋਇਆ। ਦੈਨ ਹੀ ਇਜ਼ ਅਗੇਨ ਵੈਰੀ ਥੈਂਕਫੁਲ ਕਿ ਮੈਂ ਕੋਈ ਗੁੱਸੇ ਦੇ ਵਿੱਚ ਗਲਤ ਫੈਸਲਾ ਨਹੀਂ ਲਿੱਤਾ, ਕਿ ਇਟ ਇਜ਼ ਹਿਜ਼ ਸਨ ਓਨਲੀ। ਫਿਰ ਉਹ ਦੋਰ ਬੰਦ ਤੋਂ ਰਸਤੇ 'ਚ ਖਾ ਲੈਂਦਾ, ਤੀਸਰਾ ਬੰਦ ਉਹ ਆਪਣੀ ਵਾਟੀ ਨੂੰ ਫੜਾਉਂਦਾ ਕਿ ਇਹਨੂੰ ਕੱਟ ਕੇ ਖਵਾ, ਮੇਰੇ ਸੇਠ ਨੇ ਦਿੱਤਾ, ਦਿਸ ਇਜ਼ ਦੀ ਓਨਲੀ ਥਿੰਗ ਆਈ ਹੈਵ ਬਰੋਟ। ਅਤੇ ਵੈਨ ਦ ਲੇਡੀ ਕੱਟਸ ਦੈਟ ਲੋਫ, ਅਤੇ ਉਹ ਬੌਸ ਨੇ ਉਹਦੇ ਸਾਰੇ ਜਿਹੜੇ ਡਾਲਰ ਹੁੰਦੇ ਆ ਉਹ ਬੰਦ ਦੇ ਵਿੱਚ ਪਾ ਕੇ ਉਹਨੂੰ ਦਿੱਤੇ ਹੁੰਦੇ ਆ, ਠੀਕ ਹੈ। ਸੋ ਇਹ ਵੀ ਤੁਹਾਡੀ ਚੋਇਸ ਹੈ ਜ਼ਿੰਦਗੀ 'ਚ ਕਿ ਤੁਸੀਂ ਪੈਸੇ ਨੂੰ ਇੰਪੋਰਟੈਂਸ ਦੇਣੀ ਹੈ, ਕਿ ਤੁਸੀਂ ਕਿਸੇ ਦੀ ਨਸੀਹਤ ਨੂੰ ਲੈ ਕੇ ਉਹਦੇ 'ਤੇ ਚੱਲਣਾ। ਸੋ ਦਿਸ ਇਜ਼ ਇਟ। ਤੀਸਰੀ, ਹਮੇਸ਼ਾ ਕੋਸ਼ਿਸ਼ ਕਰਿਆ ਕਰੋ, ਦਿਸ ਇਜ਼ ਮਾਈ ਵਰਡ ਆਫ ਐਕਸਪੀਰੀਅੰਸ ਫਰੋਮ ਮਾਈ ਸੈਲਫ, ਆਪਣੇ ਅੰਦਰ ਦੀ ਆਵਾਜ਼ ਸੁਣਿਆ ਕਰੋ, ਠੀਕ ਹੈ। ਹੁਣ ਸਵਾਲ ਕੋਮਨ ਹੈ, ਪੁੱਛਿਆ ਜਾਂਦਾ ਅੰਦਰ ਦੀ ਆਵਾਜ਼ ਕਿੱਥੋਂ ਆਉਂਦੀ ਹੈ, ਠੀਕ ਹੈ। ਹਰ ਬੰਦੇ ਦੇ ਅੰਦਰ ਦੀ ਆਵਾਜ਼ ਹੁੰਦੀ ਹੈ, ਜਿਸ ਦਿਨ ਉਹਨੂੰ ਸੁਣਨਾ ਸ਼ੁਰੂ ਕਰੋਗੇ ਨਾ ਥੋੜ੍ਹਾ ਜਿਹਾ ਵੀ, ਉਦੋਂ ਤੁਹਾਨੂੰ ਸੁਣਾਉਣਾ ਸ਼ੁਰੂ ਕਰ ਦੇਗਾ, ਠੀਕ ਹੈ।
ਸੁਣਿਆ ਕਰੋ, ਤੁਹਾਨੂੰ ਬਿਲਕੁਲ ਰਾਈਟ ਗਾਈਡੈਂਸ ਮਿਲੇਗੀ ਉਹਦੇ ਤੋਂ। ਕਦੀ ਵੀ ਬੰਦਾ ਕਨਫਿਊਜ਼ ਹੁੰਦਾ ਨਾ, ਆਪਣੇ ਦਿਲ 'ਤੇ ਹੱਥ ਰੱਖ ਕੇ ਆਵਾਜ਼ ਨੂੰ ਪੁੱਛਿਆ ਕਰੋ ਕੀ ਹੈ। ਕਿਸੇ ਪੰਜਾਬੀ ਕਵੀ ਦਾ ਉਹ ਹੈਗਾ ਮੁਹਾਵਰਾ, ਨਾ ਮੰਦਰ ਦੀ ਨਾ ਮਸਜਿਦ ਦੀ ਕੋਈ ਗੱਲ ਸੁਣਾਵੇ ਅੰਦਰ ਦੀ, ਠੀਕ ਹੈ, ਨਾ ਮੰਦਰ ਦੀ ਨਾ ਮਸਜਿਦ ਦੀ ਕੋਈ ਗੱਲ ਸੁਣਾਵੇ ਅੰਦਰ ਦੀ। ਸੋ ਆਈ ਹੈਵ ਰਿਟਨ ਫਿਊ ਲਾਈਨਸ ਐਂਡ ਇਟ ਇਜ਼ ਵੈਰੀ ਬਿਊਟੀਫੁਲ। ਸੋ ਆਈ ਵੁੱਡ ਲਾਈਕ, ਪੱਥਰ ਦੀ ਇਮਾਰਤ ਹੈ ਜਿੱਥੇ ਜਾ ਕੇ ਬਹਿੰਦੇ ਹਾਂ, ਤੇਰਾ ਪਤਾ ਤੇ ਨਹੀਂ ਮਿਲਦਾ ਉਂਝ ਨਾਮ ਤੇ ਲੈਂਦੇ ਹਾਂ। ਪੱਥਰ ਦੀ ਇਮਾਰਤ ਹੈ ਜਿੱਥੇ ਜਾ ਕੇ ਬਹਿੰਦੇ ਹਾਂ, ਤੇਰਾ ਪਤਾ ਨਹੀਂ ਮਿਲਦਾ ਉਂਝ ਨਾਮ ਤੇ ਲੈਂਦੇ ਹਾਂ। ਤੇ ਫਕੀਰ ਉੱਥੇ ਲੰਘਦਾ ਹੁੰਦਾ ਹੈ ਤੇ ਉਹ ਅੱਗੋਂ ਜਵਾਬ ਦਿੰਦਾ ਹੈ, ਵੇਖੀ ਨੀ ਵੇਖੀ ਅੜੀਏ ਅੰਦਰ ਬੋਲੇ ਕੌਣ, ਬਾਹਰ ਜਿਨ੍ਹਾਂ ਨੂੰ ਲੱਭਦੀ ਹੈ ਕਿਤੇ ਉਹੀ ਸੱਜਣ ਨਾ ਹੋਣ, ਠੀਕ ਹੈ। ਸੋ ਟ੍ਰਾਈ ਟੂ ਲਿਸਨ ਟੂ ਯੋਰ ਇਨਰ ਥਿੰਗ, ਜਿਹਨੂੰ ਅਸੀਂ ਬਾਹਰ ਲੱਭਦੇ ਹਾਂ ਉਹ ਤੁਹਾਡੇ ਅੰਦਰ ਹੀ ਹੈ, ਅਤੇ ਉਹਨੂੰ ਅੰਦਰ ਸੁਣੋਗੇ, ਕੋਸ਼ਿਸ਼ ਕਰੋਗੇ ਤੇ ਉਹ ਤੁਹਾਨੂੰ ਆਵਾਜ਼ਾਂ ਸੁਣਾਉਣਾ ਸ਼ੁਰੂ ਕਰ ਦੇਗਾ। ਸੋ ਦੈਟ ਇਜ਼